ਫਰੀਦਕੋਟ ਦੇ ਪਿੰਡ ਮੰਡ ਵਿੱਚ ਉਸ ਵੇਲੇ ਉਦਾਸੀ ਛਾ ਗਈ ਜਦ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਉੱਤੇ ਅਸਮਾਨੀ ਬਿਜਲੀ ਆ ਡਿੱਗੀ। ਹਾਦਸੇ ਸਮੇਂ ਕਿਸਾਨ ਆਪਣੇ ਨਾਲ ਮਜ਼ਦੂਰਾਂ ਨੂੰ ਲਗਾ ਕੇ ਪਨੀਰੀ ਲਈ ਜਗ੍ਹਾ ਬਣਾ ਰਹੇ ਸਨ। ਤੇਜ਼ ਬਾਰਿਸ਼ ਅਤੇ ਹਨੇਰੀ ਕਾਰਨ ਡਿੱਗੀ ਇਸ ਬਿਜਲੀ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ ਅਤੇ ਇੱਕ ਹੋਰ ਕਿਸਾਨ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜ਼ਖਮੀ ਕਿਸਾਨ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਜ਼ਖਮੀ ਹੋਏ ਕਿਸਾਨ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਖੇਤ ਵਿੱਚ ਪਨੀਰੀ ਲਈ ਜਗ੍ਹਾ ਬਣਾ ਰਹੇ ਸੀ ਅਤੇ ਅਚਾਨਕ ਉਹਨਾਂ 'ਤੇ ਅਸਮਾਨੀ ਬਿਜਲੀ ਆ ਡਿੱਗੀ। ਪਨੀਰੀ ਵਾਲਾ ਥਾਂ ਬਣਾਉਂਦੇ ਸੀ, ਉਸ ਤੋਂ ਬਾਅਦ ਨਹੀਂ ਪਤਾ ਲੱਗਾ ਕੀ ਹੋਇਆ ਕੀ ਨਹੀਂ। ਖੇਤ ਕੰਮ ਕਰਦੇ ਸੀਗੇ। ਹਾਂਜੀ, ਕਿੰਨੇ ਕੁ ਵਜੇ ਦੀ ਗੱਲ ਹੈ? ਟਾਈਮ ਦਾ ਤਾਂ ਪਤਾ ਨਹੀਂ, 4:30-5 ਦਾ ਹੋਊਗਾ ਜੀ। ਅਸਮਾਨੀ ਬਿਜਲੀ ਡਿੱਗੀ? ਹਾਂਜੀ ਹਾਂਜੀ, ਅਸਮਾਨੀ ਬਿਜਲੀ ਡਿੱਗੀ ਹੈ। ਉਸ ਤੋਂ ਬਾਅਦ ਨਹੀਂ ਪਤਾ ਲੱਗਾ ਕੀ ਹੋਇਆ ਕੀ ਨਹੀਂ ਹੋਇਆ। ਮੇਰਾ ਤਾਂ ਆਇਆ ਪਾਸਾ ਸੜ ਗਿਆ। ਕੌਣ ਕੌਣ ਸੀ ਤੁਸੀਂ ਉੱਥੇ? ਅਸੀਂ 4 ਜਣੇ ਸੀ। ਇੱਕ ਤਾਂ ਚਾਚੇ ਦਾ ਮੁੰਡਾ ਸੀ, 2 ਦਿਹਾੜੀ ਦੇ ਸੀਗੇ। ਮੇਰੇ ਪਿੰਡ ਦੇ ਨੌਜਵਾਨ ਪਨੀਰੀ ਵਾਸਤੇ ਖੇਤ 'ਚ ਜਗ੍ਹਾ ਬਣਾ ਰਹੇ ਸੀ ਪਨੀਰੀ ਬੀਜਣ ਵਾਸਤੇ, ਤਾਂ ਅਸਮਾਨੀ ਬਿਜਲੀ ਡਿੱਗੀ ਜਿਸ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ, ਇੱਕ ਜਿਹੜਾ ਹੈਗਾ ਉਹ ਜ਼ਖਮੀ ਆ ਫੱਟੜ ਅਸਮਾਨੀ ਬਿਜਲੀ ਨਾਲ। ਅਤੇ ਬਾਕੀ ਅਸੀਂ ਚਾਹੁੰਦੇ ਹਾਂ ਕੋਈ ਸਰਕਾਰ ਗਰੀਬ ਕਿਸਾਨ ਆ ਵੀ ਇਹਨਾਂ ਦੀ ਮਦਦ ਕਰੀ। ਬਸ ਪਨੀਰੀ ਬੀਜਦੇ ਸੀਗੇ ਜੀ, ਪਨੀਰ ਬੀਜਦੇ, ਬਸ ਬਿਜਲੀ ਡਿੱਪ ਗਈ ਹੈ ਅਤੇ ਬਸ ਭਾਈ ਜੀ ਮੇਰਾ ਮੌਤ ਆ ਉੱਥੇ। ਕਿੰਨੇ ਜਣੇ ਕੰਮ ਕਰ ਰਹੇ? 4 ਦਿਨ ਕੰਮ ਕਰਦੇ। ਹਾਂ, ਜ਼ਖਮੀ ਇੱਕ ਹੈਗਾ ਜੀ। ਹੁਣ ਕੀ ਹਾਲਾਤ ਨੇ ਇਹਨਾਂ ਦੇ? ਬਸ ਖਤਮ ਹੋ ਗਿਆ ਹੁਣ ਜੀ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਪੰਜਾਬ ਟੂਡੇ।